ਮੇਰਾ ਨਾਮ ਰਵਨੀਤ कौर ਪਿੰਡ ਜੰਡਾਲੀ ਖੁਰਦ ਤੇ ਜ਼ਿਲ੍ਹਾ ਮਲੇਰਕੋਟਲਾ ਮੈਂ ਪਿਛਲੇ ਸਾਲ 12 ਜੁਲਾਈ 2023 ਨੂੰ ਮੀਨੀ ਬਾਇਟਿਕ ਸਰਜਰੀ ਕਰਵਾਈ ਸੀ ਉਸ ਟਾਈਮ ਮੇਰਾ weight ਸੀਗਾ 1 ਕਵਾਂਟਲ 13 ਕਿਲੋ ਤੇ ਅੱਜ ਸਾਲ ਦੇ ਕਰੀਬ ਹੋਣ ਵਾਲਾ ਅੱਜ ਮੇਰਾ weight ਹੈਗਾ 71 ਤੇ ਨੀਅਰ ਅਬਾਊਟ ਮੈਂ 42 ਕਿਜੀ ਰਿਡਿਊਸ ਕਰ ਚੁੱਕੀ ਹਾਂ ਜਦੋਂ ਮੇਰਾ weight ਇੰਨਾ ਜ਼ਿਆਦਾ ਸੀ ਤਾਂ ਮੈਨੂੰ ਸਾਹ ਚੜਦਾ ਸੀ ਸਵੇਲਿੰਗ ਰਹਿੰਦੀ ਸੀ ਔਰ ਫਿਰ ਨਹੀਂ ਸੀ ਸਕਦੀ ਨਾ ਮੈਂ ਆਪਣੇ ਕੰਮ ਰੁਟੀਨ ਦੇ ਕਰ ਸਕਦੀ ਸੀ ਤੇ ਗੁੱਸਾ ਬਹੁਤ ਆਉਂਦਾ ਸੀ ਹਰ ਵੇਲੇ ਖਾ ਕੇ ਵੀ ਰਾਜ ਨਹੀਂ ਸੀ ਆਉਂਦਾ ਤੇ ਬਾਕੀ ਮੈਨੂੰ ਥਾਇਰੋਇਡ ਦੀ ਤਾਂ ਪ੍ਰੋਬਲਮ ਹੈਗੀ ਹੋਈ ਸੀ ਬੀਪੀ ਵੀ ਹੋਣ ਲੱਗ ਗਿਆ ਸੀਗਾ ਤੇ ਬਾਡੀ ਪੇਨਸ ਸੀਗੀਆਂ ਬੈਕ ਪੇਨ ਬਹੁਤ ਰਹਿੰਦੀ ਸੀ ਪਰ ਡਾਕਟਰ ਸਾਹਿਬ ਦੇ ਆਈ ਸਰਜਰੀ ਕਰਾਉਣ ਤੋਂ ਬਾਅਦ ਮੇਰਾ ਮਤਲਬ ਲਾਈਫ ਸਟਾਈਲ ਚੇਂਜ ਹੋ ਗਿਆ ਜਿਉਂ-ਜਿਉਂ weight ਘਟਦਾ ਗਿਆ ਤਾਂ ਮੈਂ ਹਰੋ ਕੰਮ ਕਰ ਸਕਦੀ ਸੀ ਜਿਸ ਤੋਂ ਮੈਂ ਹਮੇਸ਼ਾ ਘਤਰੌਂਦੀ ਰਹਿੰਦੀ ਸੀ ਤੇ ਕੋਈ ਸਾਹ ਨਹੀਂ ਚੜਦਾ ਸਾਰੇ ਕੰਮ ਕਰ ਸਕਦੀ ਹਾਂ ਹਰ ਵੇਲੇ ਖੁਸ਼ ਰਹਿਣੀ ਔਰ ਅੱਛਾ ਖਾਣਾ ਚੂਜ਼ ਕਰਨ ਦੇ ਵਿੱਚ ਜਿਹੜਾ ਦਿਮਾਗ ਸਾਡਾ ਪਹਿਲਾਂ ਨਹੀਂ ਸੀ ਚੱਲਦਾ ਮੇਰਾ ਉਹ ਹੁਣ ਇਸ ਚੀਜ਼ ਵੱਲ ਬਹੁਤ ਧਿਆਨ ਰਹਿੰਦਾ ਤੇ ਅੱਜ ਦਾ ਲਾਈਫ ਸਟਾਈਲ ਹੈ ਜਿਹੜਾ ਮੈਂ ਕਹਿੰਦੀ ਆ ਵੀ ਮੈਂ ਆਹੀ ਆਪਰੇਸ਼ਨ ਜੇ ਮੈਂ ਅੱਜ ਤੋਂ 10 ਸਾਲ ਪਹਿਲਾਂ ਕਰਾ ਲੈਂਦੀ ਤਾਂ ਸ਼ਾਇਦ ਹੋਰ ਵੀ ਵਧੀਆ ਜ਼ਿੰਦਗੀ ਜੀਉਂਦੀ ਬਹੁਤ ਛੋਟਾ ਆਪਰੇਸ਼ਨ ਹੈ ਕੁਝ ਕੁ ਮਿੰਟਾਂ ਦਾ ਤੁਸੀਂ ਕਹੋ ਤੇ ਤੀਸਰੇ ਦਿਨ ਤੁਹਾਨੂੰ ਛੁੱਟੀ ਮਿਲ ਜਾਂਦੀ ਹੈ ਔਰ ਮੈਂ ਇਹ ਚਾਹੁੰਦੀ ਆ ਵੀ ਜੋ ਵੀ ਇਨਸਾਨ ਮੇਰੇ ਵਾਂਗੂ ਮੋਟਾਪੇ ਦਾ ਸ਼ਿਕਾਰ ਹੈ ਜਾਂ ਹੋ ਰਿਹਾ ਹੈ ਉਹਨੂੰ ਇਸ ਚੀਜ਼ ਲਈ ਅਵੇਅਰ ਹੋ ਜਾਣਾ ਚਾਹੀਦਾ ਹੈ ਡਾਕਟਰ ਸਾਹਿਬ ਨੂੰ ਫੋਲੋ ਕਰਨਾ ਚਾਹੀਦਾ ਇਹਨਾਂ ਦੇ ਨਾਲ ਮੀਟਿੰਗ ਕਰਕੇ ਤੇ ਜਲਦੀ ਤੋਂ ਜਲਦੀ ਆਪਣੀ ਜ਼ਿੰਦਗੀ ਲਈ ਇਹ ਫੈਸਲਾ ਲੈ ਲੈਣਾ ਚਾਹੀਦਾ ਤਾਂ ਕਿ ਉਹ ਆਪਣੀ ਬਾਕੀ ਦੀ ਜ਼ਿੰਦਗੀ ਨੂੰ ਬਹੁਤ ਵਧੀਆ ਜੀ ਸਕਣ